ਇੱਥੇ ਆਪਣੇ 20-22 ਕਿੱਲਿਆਂ ਦਾ ਨੁਕਸਾਨ ਹੋ ਗਿਆ ਏ ਆ ਸਾਰਿਆਂ ਤੇ ਇੱਥੇ ਪਾਣੀ ਖੜਾ ਹੋਇਆ ਇੱਥੋਂ ਲੈ ਕੇ ਉਹ ਸਾਰੇ ਦੇ ਝੋਨਾ ਲੱਗਾ ਹੋਇਆ ਤੇ ਸਾਰਾ ਹੀ ਡੁੱਬ ਗਿਆ ਉਹਨੂੰ ਟਰੈਕਟਰ ਲਾਇਆ ਤੇ ਟਰੈਕਟਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਿੱਤਰ ਸਵਾਗਤ ਹੈ ਤੁਹਾਡਾ ਆਪਣੇ ਨਿਊ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਜਿਸ ਦਾ ਨਾਮ ਹਰਮਨ ਖੋਸਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਅੱਜ ਮਿੱਤਰੋ ਚੱਲੇ ਆਪਾਂ ਦਰਬਾਰ ਸਾਹਿਬ ਚੱਲੇ ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਉਸ ਪਰਮਾਤਮਾ ਦਾਤੇ ਦਾ ਸ਼ੁਕਰ ਕਰਨ ਕਿਉਂਕਿ ਦੇਣ ਵਾਲਾ ਉਹ ਪਰਮਾਤਮਾ ਹੀ ਆ ਸੋ ਸ਼ੁਕਰਾਨਾ ਕਰਨ ਚੱਲੇ ਹਾਂ ਸਾਰੀ ਫੈਮਿਲੀ ਮੈਂ ਮੰਮੀ ਜੀ ਡੈਡੀ ਜੀ ਕਰਨਾ ਅਤੇ ਸਨੋਵਰ ਅਤੇ ਬੇਬੇ ਅਤੇ ਬਾਪੂ ਜੀ ਅੱਜ ਰਹਿਣਗੇ ਘਰੇ ਓ ਮਾਈ ਗੋਡ ਐਨ ਕਾ ਡੈਗਦੀਆਂ चलिए चलांगे अंदर निकलदा बेबे बेबे ते बापू जी आज घरे आ क्योंकि बापू ता हुण ते घर बावड़े नहीं बाहरो किथे गया खेत नु गया लीड़ियो उथे पए आ मैं कह इनी गर्मी ना जाया कर बाहर फिर भी नहीं हटदे हां तही कस के ने रखया बापू जी नु कस दी कर ने करे को रस्सा लो सो आएगा ओ बेबे रस्से नाल नहीं उंज कह रिया की तुई खुल वाली देती होई आ हैं आपा नु की ਆਪੇ ਆ ਜਾਣਗੇ ਜੋ ਬੀਜੇਗਾ ਵੱਡੇਗਾ ਮਨ ਮੇਰੇ ਤੇ ਫਲ ਤੇਰੇ ਕਰਮਾਂ ਦਾ ਬਿਲਕੁਲ ਹਾਂ ਤੋਂ ਬੇਬੇ ਤੇ ਬਾਪੂ ਜੀ ਘਰੇ ਰਹਿਣਗੇ ਹਾਂ ਹੁਣ ਬੈਠੇ ਤੇ ਬੇਬੇ ਤਾਂ ਘਰੇ ਰਹਿਣਾ ਕਿਉਂਕਿ ਨਾ ਮੈਂ ਪਹਿਲਾਂ ਵੀ ਦੱਸ ਦੁੰਨਾ ਬੇਬੇ ਤੋਂ ਜ਼ਿਆਦਾ ਤੁਰਿਆ ਨਹੀਂ ਜਾਂਦਾ ਨਹੀਂ ਜਾਂਦਾ ਜੀ ਤਾਂ ਕਰਦਾ ਮੇਰਾ ਮੇਰੇ ਖੰਭ ਲੱਗੇ ਹੁਣ ਤਾਂ ਮੈਂ ਵੀ ਉੱਡ ਕੇ ਹੀ ਚਲੀ ਜਾਇਆ ਕਰਾਂ ਓਕੇ ਬਾਏ ਬੇਬੇ ਓਕੇ ਬਾਏ ਓਕੇ ਬਾਏ ਲਵ ਯੂ ਲਵ ਯੂ ਟੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿੱਦਾਂ ਦੀ ਆਮ ਹੈ ਉਹ ਆ ਪੂਆ ਲਾ ਕੇ ਫਿਰ ਇੱਧਰ ਦੀ ਆ ਜੀ ਉੱਤੋਂ ਓਕੇ ਚਲੋ ਬੈਠ ਚੱਲੀਏ ਸੋ ਮਿੱਤਰ ਹੁਣ ਖੇਤ ਚੱਲੇ ਆ ਤੇ ਡੈਡੀ ਆਪਣਾ ਕਿੰਨਾ ਝੋਨਾ ਡੁੱਬ ਗਿਆ ਹੈ ਗਿਆ 23 ਕਿੱਲੇ ਬੜਾ ਨੁਕਸਾਨ ਹੋਇਆ ਯਾਰ ਕਿ ਸਾਰੇ ਪੰਜਾਬ ਚ ਹੀ ਅੱਧਾ ਕ ਤਾਂ ਪਾਣੀ ਕੱਲ ਕੱਢਿਆ ਵਾ ਅੱਛਾ ਅੱਧਾ ਕੱਢਤਾ ਅੱਧਾ ਕ ਮਿੱਤਰੋ ਆਪਣੇ 20-22 ਕਿੱਲੇ ਡੁੱਬ ਗਏ ਅਜੇ ਵੀ ਬਹੁਤ ਪਾਣੀ ਆ ਜੇ ਸਕਾਰਪੀਓ ਹੁੰਦੀ ਉਹ ਲੰਘ ਜਾਣੀ ਇੱਥੋਂ ਦੀ ਚੱਲ ਕੋਈ ਨਹੀਂ ਆਪਾਂ ਨੂੰ ਇਹ ਚੰਗੀ ਆ ਪਹਿਲਾਂ ਇਹ ਤੇ ਆਈ ਆਈ ਤਾਂ ਬਾਪੂ ਜੀ ਬੇਬੇ ਜੀ ਤੁਹਾਨੂੰ ਨੀ ਘਰੇ ਵੇਟ ਕਰ ਰਹੇ ਆ ਕਹਿੰਦੇ ਮੇਰੇ ਹਸਬੰਡ ਨਹੀਂ ਆਏ ਮੈਨੂੰ ਪੈਰ ਸਿਸੇ ਕਾਉਂਦੇ ਆਏ ਕੋਈ ਨਾ ਲਿਆਉਂ ਸਾਰੇ ਜਾ ਮਿੱਤਰੋ ਆ ਜਿਹੜਾ ਝੋਨਾ ਤੇ ਆਪਣਾ ਫਿਰ ਵੀ ਠੀਕ ਆ ਤੇ ਅਸਲੇ ਡੁੱਬ ਗਿਆ ਇੱਥੇ ਆਪਣੇ 20-22 ਕਿੱਲਿਆਂ ਦਾ ਨੁਕਸਾਨ ਹੋ ਗਿਆ ਏ ਆ ਸਾਰਿਆਂ ਤੇ ਇੱਥੇ ਪਾਣੀ ਖੜਾ ਹੋਇਆ ਇੱਥੋਂ ਲੈ ਕੇ ਉਹ ਸਾਰੇ ਦੇ ਝੋਨਾ ਲੱਗਾ ਹੋਇਆ ਤੇ ਸਾਰਾ ਹੀ ਡੁੱਬ ਗਿਆ ਉਹਨੂੰ ਟਰੈਕਟਰ ਲਾਇਆ ਤੇ ਟਰੈਕਟਰ ਨਾਲ ਕੱਢਦੇ ਪਏ ਆ ਵਾਹਿਗੁਰੂ ਮਿਹਰ ਕਰੇ ਸਾਰੇ ਪੰਜਾਬ ਆ ਹੁਣ ਲਾਇਆ ਇਹਦੇ ਨਾਲ ਕੱਢਣਾ ਆ ਇਹ ਕਿੱਧਰ ਭੇਜਦੇ ਪਏ ਹੁਣ ਉਹ ਉੱਪਰਲੇ ਬਾਅਦ ਚ ਭੇਜਦੇ ਹੁਣ ਅੱਛਾ ਦੂਸਰੇ ਖੇਤ ਸੋ ਆ ਪੈਪ ਲਾਈ ਆ ਪੈਪ ਥਾਣੀ ਪਾਣੀ ਭੇਜਦੇ ਪਏ ਡੈਡੀ ਆ ਪਾਣੀ ਜਾਂਦਾ ਕਿੱਧਰ ਆ ਇਹ ਉੱਪਰਲੇ ਝੋਨੇ ਜਾਂਦਾ ਇੱਧਰ ਉੱਧਰ ਜਦੋਂ ਵੀ ਪਾਣੀ ਪੂਣੀ ਆਉਂਦਾ ਨਾ ਉੱਥੇ ਹਰ ਵਾਰੀ ਪਾਣੀ ਖੜ ਜਾਂਦਾ ਕਿਉਂਕਿ ਉਹ ਜਿਹੜੇ ਵਾਹਣ ਆਪਣੇ ਨੀਵੇਂ ਆ ਹੈਗੇ ਉੱਚੇ ਇੱਥੇ ਤਾਂ ਕਰਕੇ ਬਚਾ ਰਹਿੰਦਾ ਉੱਧਰ ਤਾਂ ਅਸਲੋ ਹੀ ਸਾਰਾ ਹੀ ਡੁੱਬਿਆ ਪਿਆ ਹੁਣ ਤੇ ਦੁਬਾਰਾ ਲਾਉਣਾ ਪੈਣਾ ਸਾਰਾ ਹੁਣ ਪਨੀਰੀ ਵੀ ਦੁਬਾਰਾ ਬੀਜੀ ਹੁਣ ਚਲੋ ਬਾਕੀ
ਮਾਤਮਾ ਦੀ ਰਜਾ ਵਿੱਚ ਰਹਿਣਾ ਪੈਂਦਾ। ਇੱਥੇ ਕਹੇ ਦਾ ਵਸ ਨਹੀਂ ਚੱਲਦਾ। ਤੁਹਾਨੂੰ ਮਹਾਰਾਜ ਜੀਆਂ ਨੂੰ ਸੁੱਖ ਦੇਵੇ। ਸਾਡੇ ਵਾਦੇ ਤਾਂ ਜ਼ਿੰਦਗੀ ਦੇ ਨਾਲ ਹੀ। ਸਹੀ ਗੱਲ ਆ। ਲਓ ਵੀ ਗੱਡੀ ਦੀ ਹੁਣ ਡਾਈਟ ਪੂਰੀ ਕਰਨ ਲੱਗੇ ਆ। ਹੈ ਇਹ ਵੀ ਡਾਈਟ ਬੜੀ ਮਹਿੰਗੀ ਏ। ਇਹਦੀ ਹਲੇ ਸਸਤੀ ਆ। ਡਾਈਟ ਤਾਂ ਸਾਰਿਆਂ ਨਾਲੋਂ ਜ਼ਿਆਦਾ ਮਹਿੰਗੀ ਆ। ਨਹੀਂ ਇਹਦੀ ਡਾਈਟ ਸਸਤੀ ਆ, ਸਕਾਰਪੀਓ ਦੀ ਇਦੋਂ ਮਹਿੰਗੀ ਆ। ਓ ਵਾਹ ਮੈਂ ਕਹਿੰਦਾ ਮੈਂ ਕੱਲ ਨੂੰ ਮਾਲ ਲੈਣਾ ਪਹਿਲਾਂ ਦੱਸਦਾ ਮੈਨੂੰ ਜੀ। ਕੋਈ ਨਾ ਯਾਰ ਮੈਨੂੰ ਕੋਦਰਾ ਬੁਲਾ ਲਿਆ ਇੱਥੇ। ਆਜ ਟ੍ਰਾਈ ਨਵਾਂ ਹੀ ਕੀਤਾ। ਓ ਮਾਈ ਗਾਡ ਓ ਮਾਈ ਗਾਡ ਕਿੱਥੇ ਚੱਲੀ ਆ ਤੈਨੂੰ। ਓ ਮਾਈ ਗਾਡ ਲੱਗਦਾ ਹੀ ਦਰਬਾਰ ਸਾਹਿਬ ਚੱਲੇ ਹੋ। ਚੱਲੀਏ ਵੇਖੀਗਾ ਬੈ ਬੂਕ ਕਿੱਥੇ ਚੱਲੀਆਂ ਸੰਗ ਦਾ ਯਾ ਯਾਰ ਕਣਾ ਹਰੀ ਕਾਲਾ ਪੱਤਣ ਸਾਰੇ ਜਿੱਥੋਂ ਹੋਵੇ ਤੱਕ ਵੇਖੋ ਪਾਣੀ ਪਾਣੀ ਹਣਾ। ਹਜੇ ਪਾਣੀ ਨਾ ਥੱਲੇ ਘੱਟ ਘੜ ਗਿਆ ਪੁੱਛ ਕਿਉਂ ਸਾਰਾ ਗਾਂ ਖਿੱਲਰ ਗਿਆ ਵਾਣਾ ਨੂੰ ਪਿੰਡਾਂ ਨੂੰ। ਉੱਧਰ ਦੇਖੋ ਪਾਣੀ ਪਾਣੀ ਆ ਮੱਕੀ ਵੀ ਡੁੱਬੀ ਪਈ ਆ ਵਿਚਾਰੀ। ਇਹਦੇ ਗਲ ਕੇ ਹਾਰਾ ਵਿੱਚ ਤਾਂ ਬੂਟੇ ਸਾਰੇ ਪਹਿਲਾਂ ਜਮਾਂ ਖਾਲੀ ਹੁੰਦਾ ਸੀ ਆ ਜਿਹੜਾ ਨਾ ਝੋਨੇ ਲੱਗੇ ਝੋਨੇ ਲੱਗੇ ਸੀ ਸਾਰੇ 30 ਸਾਲਾਂ ਬਾਅਦ ਆਇਆ ਯਾਰ ਕਿੰਨਾ ਹਾੜਾ। ਪਹਿਲਾਂ ਪ੍ਰਸ਼ਾਦੇ ਦੀ ਪੈ ਗਈ ਪਹਿਲਾਂ ਗੁਰੂ ਘਰੇ ਜਾਣਾ ਮੱਥਾ ਗੁਰੂ ਘਰੇ ਫਿਰਨਾ ਉੱਥੇ ਖੜਿਆ ਨਹੀਂ ਜਾਂਦਾ ਲੈ ਕੋਈ ਨਾ ਪਹਿਲਾਂ ਗੁਰੂ ਘਰੇ ਉਹ ਕਰਨਾ ਆਪਾਂ ਮੱਥਾ ਟੇਕਣਾ ਹੈ ਪ੍ਰਸ਼ਾਦਾ ਛਕਾਂਗੇ ਹਾਂ ਤੇ ਫਿਰ ਫਿਰ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਜ਼ਰੂਰ ਛਕਣਾ ਚਾਹੀਦਾ ਹਾਂ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਨਾ ਛਕਦੇ ਬਾਹਰੋਂ ਖਾਂਦੇ ਜ਼ਰੂਰ ਹੀ ਛਕਣਾ ਚਾਹੀਦਾ ਤਾਂ ਇਹ ਖਾਂਦੇ ਸਾਵੇ ਸਾਵੇ ਬ੍ਰਿਸ਼ਟਾ ਕਾਰ ਪਾਰਕਿੰਗ ਅੱਜ ਸੌਖੀ ਮਿਲ ਗਈ ਸਾਹਮਣੇ ਚਲੋ ਕਰਨ ਉਂਗਲ ਫੜ ਲਾ ਸੁਣੋ ਵਰਦੀ ਆ ਜਵਾਕਾਂ ਨੂੰ ਸੰਭੂ ਗਵਾ ਜਾਣੇ ਕੰਮ ਕਰਨ ਚੀਜ਼ੀ ਲੈਣੀ ਆ ਹੈ ਚੀਜ਼ੀ ਕਰਾ ਦੇ ਜਮਾ ਜੋੜੇ ਕਰਾ ਦੇ ਜੀ ਚਲੋ ਲੈਟਸ ਗੋ ਬੈਕ ਟੂ ਹੋਮ ਬਹੁਤ ਵਧੀਆ ਹੈ ਤਾਂ ਆ ਕਾਕਾ ਬਾਏ ਕਾਕਾ ਗੱਲ ਕਰ ਹਾਲ ਦੀ ਅੱਖੀਆਂ ਦਾ ਛੋਰਾ ਵੇ ਮੈਂ ਰੋ ਰੋ ਢਾਲਦੀ ਆਪ ਨੇ ਸੀ ਆਉਣਾ ਤੇ ਸੰਨਿਆ ਦਾ ਵੀ ਕਾਰ ਸੀ ਓਏ ਗੁਗਲੂ ਬੁਗਲੂ ਆ ਤੋ ਨਹੀਂ ਸੰਨਿਆ ਲਵ ਯੂ ਲਵ ਯੂ ਟੂ ਦਿਨੇ ਬਾਬਾ ਸੌਰਤ ਕਾਲੀ ਬਾਬਾ ਹਿਆਲੀ ਆ ਤੇ ਕੱਲ ਬੇਬੇ ਵੈਸੇ ਇੰਨੀ ਸੰਗਤ ਹੈ ਨਹੀਂ ਗਰਮੀ ਗਰਮੀ ਵੀ ਟੂ ਮੱਚ ਹੋਈ ਪਈ ਆ ਉਹ ਤਾਂ ਕਹਿੰਦੇ ਕਿ ਬੇਬੇ ਦੇ ਹੱਥ ਦੀ ਚਟਨੀ ਬੜੀ ਸਵਾਦ ਬੇਬੇ ਦੂਸਰੀਆਂ ਮਿਰਚਾਂ ਦੀ ਬਣਾਇਆ ਕਰੀਏ ਚਟਨੀ ਬਣਾ ਦਿੰਦੇ ਆ ਲਓ ਜੀ ਮਿਰਚਾਂ ਮਿਰਚਾਂ ਚਟਨੀ ਵੀ ਬਣੂਗੀ ਅੱਜ ਵਾਓ ਮਿਰਚ ਵਾਲੀ ਚਟਨੀ ਲਾ ਲਾ ਮਿਰਚ ਵਾਲੀ ਚਟਨੀ ਐ ਆਪਾਂ ਪਰ ਹਰੀਆਂ ਮਿਰਚ ਵਾਲੀ ਅੱਗੇ ਬਣਾਉਣੇ ਹੁੰਦੇ ਉਹ ਸਵਾਦ ਬਣਦੀ ਆ ਨਾ ਬੇਬੇ ਸਵਾਦ ਬਣਦੀ ਉਹ ਹਰੀ ਜੀ ਹੋ ਜਾਂਦੀ ਚਿੱਟੀ ਜੀ ਹੋ ਜਾਂਦੀ ਆ ਆਲੂ ਜੀ ਵੀ ਪਹੁੰਚ ਚੁੱਕੇ ਨੇ ਵਾਹ ਜੀ ਵਾਹ ਕੌਣ ਸਿਆਣਾ ਕਰਨਾ ਜਿਹੜਾ ਦੂਜਾ ਪਤਲਾ ਕਰਨਾ ਉਹ ਬਹੁਤ ਸਿਆਣਾ ਜਦੋਂ ਵੀ ਨਾ ਕਰਨਗੇ ਮੇਰੇ ਯਾਰਾਂ ਦੀਆਂ ਸਿਫਤਾਂ ਕਰਦੇ ਰਹਿਣਗੇ ਤੇ ਆਪਦੇ ਪੁੱਤ ਦੀ ਸਿਫਤ ਨਾ ਕਦੇ ਕਰੋ ਕਿ ਸਾਡਾ ਪੁੱਤ ਬੜਾ ਸਿਆਣਾ ਫਲਾਨਾ ਸਿਆਣਾ ਫਲਾਨਾ ਸਿਆਣਾ ਪਤਾ ਨੀ ਘਰਦੇ ਨੂੰ ਆਦਤੀ ਹੁੰਦੀ ਆ ਕਿ ਆਪਦੇ ਪੁੱਤ ਨੂੰ ਨੀ ਕਹਿਣਾ ਕਿ ਸਿਆਣਾ ਚੱਕੋ ਮੰਜਾ ਡਾਹ ਦਿਓ ਕੁਰਸੀ ਤੇ ਮੇਰੇ ਵੀਰ ਦੇ ਮਲਾਪੀ ਆਏ ਮਲਾਪੀ ਆਏ ਤੇ ਮੰਜੇ ਜਿਹਨੂੰ ਮਿਲਦਾ ਹੈ ਉਹਨੂੰ ਵੀ ਚੰਗਾ ਕਹੋ ਨਾ ਵਾਹ ਜੀ ਵਾਹ ਵਾਹ ਜੀ ਵਾਹ ਸ੍ਰੀ ਅਕਾਲ ਜੀ ਬੇਬੇ ਵੇਲਾ ਹੁਣ ਬਾਹਰ ਨਿਕਲੇ ਆ ਤੇ ਹੁਣ ਪੁੱਤ ਖਾਣਾ ਲੈ ਹੁਣ ਹੀ ਨਿਕਲਣਾ ਜਿਵੇਂ ਸ਼ਗਨ ਲੱਗਣਾ ਹੁੰਦਾ ਅਸੀਂ ਤਿਆਰ ਹੋ ਕੇ ਆ ਗਏ ਨੀਲੇ ਨੀਲੇ ਪਰਨੇ ਬੰਨ ਕੇ ਉਹ ਕਿਤੇ ਦੂਸਰਾ ਨਟੂਰਾ ਆਇਆ ਉਹ ਟਰਾਲਾ ਲਾਉਣ ਗਿਆ ਆ ਰਾਤੀ ਖਾਂਦਾ ਰਿਹਾ ਤੇ ਹੁਣ ਟਰਾਲਾ ਬੇਬੇ ਮੰਮੀ ਪਹਿਲਾਂ ਕਹਿੰਦਾ ਸੈਲਡ ਖਾਣਾ ਸੈਲਡ ਖਾ ਖੂ ਕੇ ਜਦੋਂ ਫਿਰੋਜ਼ਪੁਰ ਪਹੁੰਚੇ ਤੇ ਕਹਿੰਦਾ ਮਨਚੂਰੀਅਨ ਖਾਣੇ ਆਪਾਂ ਮਨਚੂਰੀਅਨ ਤੇ ਹੋਰ ਕੀ ਖਾਦਾ ਜੀ ਚਾਪਾਂ ਤੇ ਘਰੇ ਆ ਕੇ ਫੇਰ ਡਾਇਟੀਸ਼ੀਅਨ ਜੀ ਲੈ ਭੁੱਖ ਹੀ ਨਹੀਂ ਕਦੀ ਘਰੇ ਆ ਕੇ ਚਾਰ ਉਹ ਮੈਨੂੰ ਤਾਂ ਇਹ ਰੇਤਾ ਲੱਗਦੀ ਆ ਆ ਪੂਟਨੇ ਚ ਫੇਰ ਧੋ ਲਈਏ ਆ ਲੈ ਪੂਟ ਆ ਵੀ ਰੇਤਾ ਤੈਨੂੰ ਵੀ ਚਾਹੀਦਾ ਪਰ ਮੈਂ ਚਾਹੀਦੀ ਤੈਨੂੰ ਅੰਦਰੋਂ ਹੀ ਨਿਕਲਦਾ ਬੇਬੇ ਉਹਨਾਂ ਨੇ ਉੱਥੇ ਤੇਰਾ ਕੀ ਰੱਖਿਆ ਅੰਡੇ ਕਿੱਥੇ ਤੇਰੇ
ਹੈਪੀ ਬਰਥਡੇ ਬੇਬੇ ਇਹਨੇ ਕਿ ਤੂੰ ਹੀ ਖਾ ਅੱਬਾ ਨਾ ਤੂੰ ਖਾ ਤੋ ਬੇਬੇ ਆ ਇਹ ਆ ਪੋਟੈਟੋ ਜੋ ਆਲੂ ਬੁਖਾਰਾ ਹੈ ਆਲੂ ਨਹੀਂ ਕੇ ਆਲੂ ਬੁਖਾਰਾ ਵਾ ਆਹੋ ਆਲੂ ਬੁਖਾਰਾ ਵੇ ਆ ਨਾ ਵੇਚ ਨਹੀਂ ਰਹੀ ਕਿ ਜੂਟੇ ਨਾ ਕਰਦੀ ਜੂਟੇ ਨਾ ਕਰਦੇ ਕਿਤੇ ਇਹ ਜੀ ਬੀਬੀ ਕਾਰਬਸ ਹੁੰਦੀਆਂ ਮੈਂ ਜਿਮ ਵਾਲੇ ਲਈ ਬਹੁਤ ਜ਼ਰੂਰੀ ਆਏ ਲੈ ਲੂਣ ਲਿਆਉ ਥੋੜਾ ਪੈਣੀ ਲੈ ਲਿਆਉਨੇ ਜਾਨੇ ਦੁਕਾਨ ਤੇ ਕਿਹੜੇ ਆਲੂ ਵਾਲੇ ਪਰੌਂਠੇ ਖਾਣੇ ਭਰਾਵਾ ਖਵਾ ਰਜੋ ਖਵਾਉਣਾ ਵਾ ਤੂੰ ਅੰਦਰੋਂ ਨਹੀਂ ਨਿਕਲਦਾ ਤੂੰ ਖਵਾਈ ਦਾ ਬਾਅਦ ਜੋ ਪਹਿਲਾਂ ਕੱਢੇ ਹੋਣਾ ਜਾ ਕੇ ਹਾਂ ਬੇਬੇ ਰਾਤ ਲਾ ਕੇ ਆਹੀ ਮੜਾ ਜਾ ਕੱਢਣ ਸਵੇਰੇ ਟੈਂਕੀ ਫੁੱਲ ਕਰਨੀ ਆ ਦੁਕਾਨਾਂ ਜਿਵੇਂ ਜਿਵੇਂ ਦਿਸੀ ਜਾਣਗੀ ਉਵੇਂ ਉਵੇਂ ਖਾਈ ਚੱਲਾਂਗੇ ਰਾਤ ਦਾ ਰੋੜਾ ਕਾ ਕੰਮ ਨਾ ਖਰਾਬ ਸੀਗਾ ਨਵਾਂ ਭਰਾਂਗੇ ਟੈਂਕੀ ਚਟਨੀ ਬਣਾਉਣੀ ਜੇ ਪਹਿਲਾਂ ਚਲੋ ਇੱਥੇ ਰੱਖ ਇਹ ਆਂਦੇ ਲਾਲ ਚਟਣੀ ਖਾਣੀ ਬੇਬੇ ਦੇ ਹੱਥ ਦੀ ਇੱਥੇ ਰੱਖ ਠੇਕੇ ਦਾ ਰੱਖ ਦੋ ਥੱਲੇ ਲਾਲ ਬਣਾ ਨਹੀਂ ਬਣਾਉਣੀ ਬੇਬੇ ਹਾਂ ਪੁੱਤ ਗਾਲ ਹੀ ਬਣਾ ਬਣਾਓ ਬਣਾਓ ਵੈਰੀ ਗੁੱਡ ਆ ਨਾਲ ਰੱਖ ਲਿਆ ਬੇਬੇ ਨਵਾਂ ਬੰਦਾ ਭਰਤੀ ਕਰ ਲੈ ਫਿਰ ਹੁਣ ਵੇਟ ਤਾਂ ਰੱਖਣਾ ਹੀ ਪੈਣਾ ਚੱਲੀ ਲੱਗਣ ਨੂੰ ਫੜ ਦੂ ਬੇਬੇ ਦਿਹਾੜੀ ਪੂਰੀ ਲੈਣੀ ਮੈਂ ਕੋਈ ਕੰਮ ਨਹੀਂ ਕਰਨਾ ਦਿਹਾੜੀ ਨੀ ਬੇਬੇ ਪੂਰੀ ਦੇਣੀ ਚਟਨੀ ਬੇਬੇ ਆਤੀ ਚਟਨੀ ਬੇਬੇ ਘੈਂਟ ਬਣਾਉਣੀ ਮਿੱਠੀ ਜੀ ਬਣਾਵਾਂਗੇ ਆਪਾਂ ਚੰਗਾ ਮੰਮੀ ਹੋਣੀ ਤਾਂ ਬਾਹਲੀ ਕੌੜੀ ਬੇਬੇ ਦੇ ਹੱਥ ਦੀ ਚੀਜ਼ ਮਾੜੀ ਹੋਈ ਕੋਈ ਦੱਸ ਉਹ ਗੱਲਾਂ ਮੰਮੀ ਹੋਣੀ ਬਾਹਲੀ ਕੌੜੀ ਜੀ ਬਣਾ ਦਿੰਦੇ ਆ ਅੱਜ ਤਾਂ ਰੱਖਾ ਹੀ ਸਹੀ ਤੂੰ ਹੁਣ ਰੋਟੀ ਵੀ ਮਿਲੇ ਪਰੌਂਠੇ ਮਿਲਣਗੇ ਪਰੌਂਠੇ ਉਹ ਘੈਂਟ ਹੁੰਦੀ ਆ ਮੈਂ ਕਹਿ ਰਿਹਾ ਆਪ ਨੂੰ ਰੋਟੀ ਮਿਲਦੀ ਤਾਂ ਬਹੁਤ 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 ਲੱਗੇ ਆ ਮੈਂ ਤਾਂ ਮਲੋਸੀ ਆ ਗਈ ਐ ਡਾਲਰ ਕੀ ਨਹੀਂ ਤੂੰ ਗਲਤ ਬਣੀ ਚੱਲਿਆ ਇਹਨੂੰ ਕਹਿੰਦਾ ਪਾੜ ਬੇਬੇ ਬੰਦਾ ਗਲਤ ਨਾ ਤਾਂ ਬੰਦਾ ਇਹਨੂੰ ਯਾਰ ਇਹ ਸਾਡੇ ਘਰ ਪਰੌਣਾ ਆਇਆ ਸੀ ਇਹਨੂੰ ਤਾਂ ਬੰਦਾ ਪਰੌਣੇ ਬੰਦੀ ਦੇ ਲਿਆ ਇੱਕ ਰਾਵ ਕਲਾ ਕਰਦਾ ਪਰੌਣਾ ਪਰੌਣੇ ਖਾਣਗੇ ਭੱਜ ਜਾਣਗੇ ਕੋਈ ਆਵੇ ਸੀ ਕਿ ਭਾਈ ਇਹ ਤਾਂ ਜਾਂਦਾ ਹੀ ਨਹੀਂ ਤਾਂ ਖੰਡ ਵੱਢ ਕੇ ਖਾ ਗਿਆ ਪਰੌਣਾ ਤੇ ਉਹ ਆਂਦੀ ਚੰਗਾ ਤੂੰ ਆਪਾਂ ਨੂੰ ਕਿਤੇ ਛੇੜਾਂਗੇ ਤੇ ਤੁਸੀਂ ਵੇਖੀ ਚੱਲਿਆ ਜੋ ਅੱਛਾ ਉਹ ਆਂਦਾ ਆਂਦੀ ਮੈਂ ਤੂੰ ਮੇਰੇ ਮਾਰੀ ਤੇ ਮੈਂ ਰੋਣ ਮਾਰਾ ਮੋਟਾ ਐਕਟਿੰਗ ਕਰੂੰਗੀ ਰੋਣ ਦੀ ਹਾਂ ਹੁੰਦੀ ਨਹੀਂ ਹੁਣ ਵੇਖ ਮੇਰੀਆਂ ਘਾਟਾਂ ਤੇ ਮੈਂ ਕੰਧਾਂ ਮਾਲੀਆਂ ਮਾਲੀਆਂ ਛਾਟਾਂ ਤੋਂ ਕੁੱਟੀ ਮੈਂ ਨਹੀਂ ਆਂਦੀ ਵੇਖ ਮੇਰੀ ਚਿੱਤਰ ਆਈ ਮੈਂ ਵੀ ਸੁੱਕੇ ਸੰਗ ਡਾਈ ਹੋਈ ਮੈਂ ਨਹੀਂ ਉਹ ਆਂਦਾ ਵੇਖ ਭਰਾਣਾ ਕੁੱਤਾ ਮੰਜੀ ਡਾ ਫਰਛਾ ਨੂੰ ਸੁੱਤਾ ਗਿਆ ਮੈਂ ਵੀ ਉਹ ਕੰਮ ਇਹਦਾ ਮੇਰੇ ਸਾਹਮਣੇ ਕੁੱਤੇ ਨੂੰ ਬੰਨ ਲਿਆ ਵਾ ਆ ਜਿਹੜਾ ਛੋਟਾ ਭਰਾ ਤੇ ਲੱਗਦਾ ਸਾਰਿਆਂ ਨਾਲੋਂ ਵੱਡਾ ਚੱਲ ਸਨੋਵਰ ਦੇ ਨਾਨਕੇ ਆ ਸਾਡੇ ਪਿੰਡ ਕਰਦਾ ਨੀ ਚੱਕ ਬੋਲੀ ਓਏ ਪਟ ਕਟ ਵੈਰੀ ਗੁੱਡ ਬੇਬੇ ਨੇ ਕੰਮ ਹੀ ਵਧਾਣਾ ਹੋਰ ਤਾਂ ਇਹਨੇ ਕੁਝ ਕਰਨਾ ਬੇਬੇ ਫੜ ਲੈ ਤੂੰ ਮੁੰਡਾ ਇਹਨੇ ਕੰਮ ਖਰਾਬ ਆ ਸਾਰਾ ਪਿਆਜ਼ ਵੀ ਪਾ ਲੈਣ ਦੇ ਵਿੱਚ ਇਹਨੂੰ ਲਾ ਲੈਣੇ ਕਿ ਇਹ ਵੀ ਕਾਣੀ ਆ ਬੇਬੇ ਨੇ ਤੋੜ ਦੇਣਾ ਮੁੰਡਾ ਬੇਬੇ ਕੋਈ ਨਹੀਂ ਅੱਡੇ ਜਮਾਂ ਤੂੰ ਪਾਇਆ ਲੈ ਪਹਿਲਾਂ ਲੈਣ ਜਾ ਮੈਂ ਰਾਤੋਂ ਰੋਟੀ ਖਾਵਾਂ ਤੇ ਫਿਰ ਤੇ ਹਿਸਾਬ ਨਾਲ ਬੇਬੇ ਇੱਧਰ ਵੇਖ ਕਿੰਨੀ ਸੋਹਣੀ ਲੜਾਈ ਕਰ ਰਿਹਾ ਨਾ ਤੂੰ ਤੇ ਛੱਡ ਦੇ ਤੂੰ ਰਹਿਣ ਦੇ ਤੂੰ ਰਹਿਣ ਦੇ ਕਰ ਇੱਜ਼ਤ ਨਹੀਂ ਹੈ ਇਹ ਕਹਿੰਦੇ ਮੈਂ ਕਹਿੰਦੇ ਪੱਥਰ ਦੀ ਮੰਨਣਾ ਥੋੜੀ ਨਾ ਭਾਰੀ ਕੰਮ ਸਨੋਵਰ ਕਰਦਾ ਪਿਆ ਪਲੇਟ ਚੱਕ ਕੇ ਪਾਣੀ ਪੁੱਛ ਲੋ ਥੱਕ ਨਾ ਗਿਆ ਹੋਵੇ ਪਾਣੀ ਪੁੱਛ ਲੋ ਥੱਕ ਨਾ ਗਿਆ ਹੋਵੇ ਤੂੰ ਬੇਸ਼ਰਮੀ ਹੋ ਗਿਆ ਮੈਂ
ਸਾਰੇ ਉਰੇ ਆ ਕੇ ਦਿਖਾਇਆ ਕੀ ਕੁਝ ਮਿਕਸ ਕਰ ਰਹੇ ਆ ਪੂਦਨਾ ਪਾ ਦੇਣਾ ਗੰਢੇ ਨਿੰਬੂ ਵੀ ਪਾ ਦਿਆ ਸੀ ਨਾ ਬੇਬੇ ਨਿੰਬੂ ਭਾਰੇ ਬੜੇ ਸਰੋਵਰ ਨੂੰ ਫੜਾਏ ਆ ਭਾਰੀਆਂ ਚੀਜ਼ਾਂ ਸਨੋਰ ਚ ਭਾਰੀਆਂ ਚੀਜ਼ਾਂ ਸਨੋਰ ਨੂੰ ਫੜਾਈਆਂ ਹੋਈਆਂ बड़क दी बेबे सारे जने लड़दे अपने नाल ट्राली भर खड्डा लगा हो जरनी का अंकल अभी ट्राली मिट्टी वाली कोई भरा टोए भरिए अंबूजा सीमेंट बेबे आए की चटनी की ना है चटनी का बहुत कुछ नाम है चटनी चौली निकी अपनी चटनी बाली आ इन बद गई वेरी गुड तू डोल देना मैं तुम दसता ही लंगर ला फिर ना मेरा ला देना वा तेरा ही लगना तेरे मम्मी आलू वाले परौंठे आलू वाले परौंठे बना के कमरे च भेज दो ठीक है बॉर्न मीटे मैं कॉम्पलेन भी बड़ा पीता कॉम्पलेन बॉर्न रोटी खान का इरादा है कि नहीं भाव लस्सी वाह मक्खन रोटी आलू वाली चटनी प्याज भरा होनी स्पेशल रायकोट तो मिलना है रायकोट तो मिलना है गिफ्ट भी लैके आए परफ्यूम लैके आए केले भी लैके आए ते एक गुलाब जामुन का डब्बा गिफ्ट चाहे छोट हो भावे वड्डा हो पर हुंदा गिफ्ट ही है अगला इन्हे मान सम्मान लैके आउंदा बहुत प्यार ना आया बेचारा बहुत मोह प्यार करके एडी दूर आया जे कोई वीर भरा मिलना आउंदा आपां भी अगले दा पूरा मान तान करीदा मम्मी ने स्पेशल आलू वाले परौंठे खवाए बड़ी खुशी हुंदी आ जदों भी कोई वीर भरा मिलना आउंदा आ सो ऐदां ही प्यार करदे रहो सो बाकी तुहानूं पता ही आ अजकल पंजाब दे माहौल
ਕੀ ਚੱਲ ਰਹੇ ਆ ਥਾਂ ਥਾਂ ਤੇ ਪਾਣੀ ਖੜਾ ਹੋਇਆ ਹੜਾਂ ਕਰਕੇ ਹਨਾ ਸੋ ਜਿੰਨਾ ਵੀ ਹੋ ਸਕਦਾ ਨਾ ਇੱਕ ਦੂਸਰੇ ਦੀ ਹੈਲਪ ਜ਼ਰੂਰ ਕਰਿਆ ਕਰੋ ਜਿੰਨੀ ਵੀ ਗੁੰਜਾਇਸ਼ ਹੁੰਦੀ ਹੈ ਮੈਂ ਪਿਛਲੇ ਵਲੌਗ 'ਚ ਵੀ ਕਿਹਾ ਸੀ ਜਿੰਨਾ ਵੀ ਤੁਹਾਡੇ ਤੋਂ ਪੁੱਗਦਾ ਉਨੀ ਜ਼ਰੂਰ ਹੈਲਪ ਕਰਿਆ ਕਰੋ ਪੈਕਿੰਗ ਬੜੀ ਘੈਂਟ ਜੇ ਵਾਹ ਜੀ ਵਾਹ ਮਾਮਾ ਢੱਕਣ ਫੜਿਓ ਫਿਸ ਫਿਸ ਕਰਾ ਲਾਂ ਕਰਾ ਦੇ ਫਿਸ ਓਹੋ ਵਾਓ ਨਾਈਸ ਟੂ ਮੀਟ ਹੋ ਗਿਆ ਕੰਮ ਰੈਂਬੋ ਆ ਪਰਫਿਊਮ ਲਗਾਉਣਾ ਰੈਂਬੋ ਨੇ ਪਹਿਲਾਂ ਕੁਰਸੀ ਤੇ ਬੈਠਾ ਇਹ ਪਹਿਲਾਂ ਇੱਥੇ ਬੈਠਾ ਸੀ ਡਾਲਰ ਉਹ ਬੈਠਾ ਰਹਿੰਦਾ ਗੱਡੀ ਥੱਲੇ ਤੇ ਮਿੱਤਰੋ ਤੁਹਾਨੂੰ ਦੱਸਦੇ ਆ ਅਗਲੇ ਵਲੌਗ 'ਚ ਆਹ ਗੱਡੀ ਦੇ ਆਪਾਂ ਨੰਬਰ ਲਵਾ ਦੇਣਾ ਜੇ ਤੁਹਾਡੇ ਸਾਰਿਆਂ ਦੇ ਸਭ ਤੋਂ ਵੱਧ ਕਮੈਂਟ ਆਏ ਮੈਂ ਪਿਛਲੇ ਵਲੌਗ 'ਚ ਪੁੱਛਿਆ ਸੀ ਕਿ ਕਿਹੜਾ ਨੰਬਰ ਲਵਾਈਏ 000 ਵਾਲਾ ਸਭ ਤੋਂ ਵੱਧ ਕਮੈਂਟ ਆਏ ਆ ਇੱਕ 000 7 ਤੇ 000 8 ਹੁਣ ਇਹ ਤੁਸੀਂ ਇਹ ਕਮੈਂਟ ਕਰਕੇ ਦੱਸੋ ਕਿ ਇਹਨਾਂ ਦੋਵਾਂ ਨੰਬਰਾਂ 'ਚੋਂ ਆਪਾਂ ਕਿਹੜਾ ਨੰਬਰ ਲਵਾਈਏ 000 7 ਕਿ 000 8 ਕਮੈਂਟ ਕਰਕੇ ਜ਼ਰੂਰ ਦੱਸੋ ਸਾਰੇ ਵੀਰ ਭਰਾ ਸੋ ਬਾਕੀ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਵਾਧੂ ਸਾਰੇ ਕਮੈਂਟ ਕਰ ਦਿਓ ਅਤੇ ਆਪਣੇ ਨਵੇਂ ਨਵੇਂ ਵਲੌਗ ਦੇਖਣ ਲਈ ਆਪਣੇ ਚੈਨਲ ਹਰਮਨ ਖੋਸਾ ਨੂੰ ਕਰ ਲਿਓ ਸਬਸਕ੍ਰਾਈਬ ਸੋ ਥੈਂਕ ਯੂ ਸੋ ਮੱਚ ਲਵ ਯੂ ਸੋ ਮੱਚ